ਕੰਪਿਊਟਰ ਫੰਡਾਮੈਂਟਲ ਦੇ ਕਾਫੀ ਪਾਰਟਸ ਆ ਜੋ ਹੁਣ ਤੱਕ ਆਪਾਂ ਕਰ ਚੁੱਕੇ ਆ ਤੇ ਉਹਨਾਂ ਸਭ ਵਿੱਚ ਮੋਸਟ ਇੰਪੋਰਟੈਂਟ ਪਾਰਟ ਹੁੰਦਾ ਹੈ ਟਾਈਪਿੰਗ ਦਾ। ਕੀਬੋਰਡ ਤੋਂ ਟਾਈਪਿੰਗ ਆਪਾਂ ਕਰਦੇ ਆ। ਜਿਨ੍ਹਾਂ ਨੇ ਮੇਰੀ ਕੀਬੋਰਡ ਵਾਲੀ ਵੀਡੀਓ ਨਹੀਂ ਦੇਖੀ ਜਿਸ ਦੇ ਵਿੱਚ ਮੈਂ ਸਾਰਾ ਐਕਸਪਲੇਨ ਕੀਤਾ ਹੋਇਆ ਹੈ ਕਿ ਕੀਜ਼ ਨੂੰ ਕਿਸ ਤਰ੍ਹਾਂ ਯੂਜ਼ ਕੀਤਾ ਜਾਂਦਾ ਆ, ਉਹ ਇਸ ਵੀਡੀਓ ਨੂੰ ਜ਼ਰੂਰ ਦੇਖ ਲੈਣਾ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਲਿੰਕ ਦੇ ਦਾਂਗੀ ਜਾਂ ਫਿਰ ਆਈ ਬਟਨ ਦੇ ਵਿੱਚ ਲਿੰਕ ਦੇ ਦਾਂਗੀ, ਤੁਸੀਂ ਉਹਦੇ ਤੇ ਕਲਿੱਕ ਕਰਕੇ ਉਸ ਵੀਡੀਓ ਨੂੰ ਦੇਖ ਸਕਦੇ ਹੋ ਔਰ ਆਸਾਨ ਦੇ ਨਾਲ ਸਿੱਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਕੀਜ਼ ਨੂੰ ਯੂਜ਼ ਕੀਤਾ ਜਾਂਦਾ। ਤੇ ਅੱਜ ਦੀ ਵੀਡੀਓ ਵਿੱਚ ਆਪਾਂ ਸਿੱਖਾਂਗੇ ਕਿ ਕੀਬੋਰਡ ਦੀ ਕਿਸ ਟੈਕਨੀਕ ਨੂੰ ਯੂਜ਼ ਕਰਕੇ ਆਪਾਂ ਸਪੀਡ ਨੂੰ ਇਨਕਰੀਜ਼ ਕਰ ਸਕਦੇ ਹਾਂ, ਕਿਉਂਕਿ ਜਦੋਂ ਵੀ ਤੁਸੀਂ ਬਹੁਤ ਹੀ ਵਧੀਆ ਕੰਪਿਊਟਰ ਸਿੱਖਿਆ ਹੁੰਦਾ ਆ ਬਟ ਤੁਹਾਨੂੰ ਟਾਈਪਿੰਗ ਨਹੀਂ ਆਉਂਦੀ ਹੈਗੀ, ਦੈਨ ਤੁਹਾਡਾ ਕੰਪਿਊਟਰ ਸਿੱਖਣਾ ਵੀ ਇੱਕ ਤਰ੍ਹਾਂ ਦਾ ਵਿਕਾਰ ਹੋ ਜਾਂਦਾ ਆ, ਕਿਉਂਕਿ ਤੁਹਾਡੀ ਟਾਈਪਿੰਗ ਸਪੀਡ ਜਿਹੜੀ ਆ ਉਹ ਵਧੀਆ ਹੋਣੀ ਚਾਹੀਦੀ ਆ ਤੇ ਤੁਸੀਂ ਬਿਨਾਂ ਦੇਖੇ ਕੀਬੋਰਡ ਤੋਂ ਟਾਈਪ ਕਰਦੇ ਹੋਣਾ ਚਾਹੀਦਾ ਆ। ਸੋ ਇਸ ਕਰਕੇ ਅੱਜ ਦੀ ਆਪਾਂ ਵੀਡੀਓ ਦੇ ਵਿੱਚ ਸਿੱਖਾਂਗੇ ਕਿ ਕਿਸ ਟੈਕਨੀਕ ਨੂੰ ਯੂਜ਼ ਕਰਕੇ ਆਪਾਂ ਸਪੀਡ ਆਪਣੀ ਇਨਕਰੀਜ਼ ਕਰ ਸਕਦੇ ਹਾਂ। ਸੋ ਜਲਦੀ ਨਾਲ ਸਟਾਰਟ ਕਰਦੇ ਹਾਂ ਵੀਡੀਓ। ਸੋ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ ਕੀਬੋਰਡ ਦੇ ਉੱਤੇ ਆਪਾਂ ਹੱਥ ਕਿਸ ਤਰ੍ਹਾਂ ਰੱਖਣੇ ਆ। ਸੋ ਇਹ ਮੇਰੇ ਕੀਬੋਰਡ ਦੇ ਉੱਤੇ ਕੁਝ ਕੀਜ਼ ਜਿਹੜੀਆਂ ਮਿਟ ਗਈਆਂ ਸੀ, ਸੋ ਇਸ ਕਰਕੇ ਮੈਂ ਇਹਨਾਂ ਨੂੰ ਪੈਨ ਅਤੇ ਪੇਜ ਦੇ ਨਾਲ ਜਿਹੜਾ ਇੱਥੇ ਲਿਖਿਆ ਹੋਇਆ ਆ। ਸੋ ਆਪਾਂ ਤਾਂ ਕਿ ਤੁਹਾਨੂੰ ਜ਼ਿਆਦਾ ਕਲੀਅਰ ਜਿਹੜਾ ਦਿਸ ਸਕੇ। ਸੋ ਆਪਾਂ ਜਿਹੜਾ ਪਹਿਲਾਂ ਹੱਥ ਦੇਖਦੇ ਹਾਂ, ਦੇਖੋ ਜਿਹੜੀ ਆਪਣੀ ਇਹ ਵਾਲੀ ਫਿੰਗਰ ਆ ਇਸਨੂੰ ਆਪਾਂ ਰੱਖਣਾ ਐਫ ਦੇ ਉੱਤੇ। ਐਫ ਦੇ ਨੀਚੇ ਇੱਕ ਐਰੋ ਬਣਿਆ ਹੋਇਆ ਹੁੰਦਾ, ਇਹ ਇਸੇ ਲਈ ਹੁੰਦਾ ਆ ਕਿ ਆਪਾਂ ਨੂੰ ਪਤਾ ਲੱਗ ਸਕੇ। ਇਸੇ ਤਰ੍ਹਾਂ ਜੇ ਦੇ ਨੀਚੇ ਵੀ ਇੱਕ ਐਰੋ ਬਣਿਆ ਹੋਇਆ ਹੁੰਦਾ ਆ। ਐਫ ਐਂਡ ਜੇ ਦੇ ਉੱਤੇ ਇਹ ਦੋਨੋਂ ਫਿੰਗਰਸ ਆਪਣਾ ਦੋਨੋਂ ਹੈਂਡ ਦੀਆਂ ਜਿਹੜੀਆਂ ਰੱਖਣੀਆਂ। ਉਸ ਤੋਂ ਬਾਅਦ ਜਿਹੜੇ ਆਪਣੇ ਅੰਗੂਠੇ ਆ ਉਹ ਆਪਾਂ ਰੱਖਣੇ ਆ ਸਪੇਸ ਬਾਰ ਦੇ ਉੱਤੇ। ਸੋ ਇਸ ਤਰ੍ਹਾਂ ਜਿਹੜਾ ਇਹਨੂੰ ਆਪਾਂ ਰੱਖਣਾ ਆ, ਐਫ ਜੇ ਔਰ ਅੰਗੂਠੇ ਆਪਾਂ ਸਪੇਸ ਬਾਰ 'ਤੇ। ਉਸ ਤੋਂ ਬਾਅਦ ਜਿਹੜੀ ਮਿਡਲ ਫਿੰਗਰ ਆ, ਇਸ ਤੋਂ ਬਾਅਦ ਆਪਾਂ ਜਿਹੜੀ ਵਾਲੀ ਫਿੰਗਰ ਐਫ 'ਤੇ, ਮਿਡਲ ਫਿੰਗਰ ਡੀ ਦੇ ਉੱਤੇ, ਮਤਲਬ ਉਸਦੇ ਨਾਲ ਵਾਲੀ ਜਿਹੜੀ ਕੀ ਆ ਉਹਦੇ ਉੱਤੇ। ਇਸੇ ਤਰ੍ਹਾਂ ਇੱਧਰੋਂ ਕੇ ਦੇ ਉੱਤੇ, ਇੱਧਰਲੇ ਪਾਸੇ ਆਪਾਂ ਕੇ ਦੇ ਉੱਤੇ ਰੱਖ ਲਿਆ। ਇਸੇ ਤਰ੍ਹਾਂ ਨੈਕਸਟ ਆਪਣੀ ਜਿਹੜੀ ਇਹ ਵਾਲੀ ਫਿੰਗਰ ਆ, ਇਹ ਆਪਣੀ ਨੈਕਸਟ ਕੀ ਦੇ ਉੱਤੇ ਰੱਖਣੀ ਆ। ਜਿਸ ਤਰ੍ਹਾਂ ਕਿ ਇਹ ਹੋ ਗਈਆਂ ਦੋਨੋਂ ਐਫ ਔਰ ਡੀ, ਜੇ ਐਂਡ ਕੇ, ਇਹਨਾਂ ਦੋਨਾਂ ਨੂੰ ਇਸ ਤਰ੍ਹਾਂ ਰੱਖਿਆ। ਉਸ ਤੋਂ ਬਾਅਦ ਇੱਧਰਲੀ ਐਸ ਦੇ ਉੱਤੇ, ਉੱਧਰਲੀ ਐਲ ਦੇ ਉੱਤੇ, ਇਸ ਤਰ੍ਹਾਂ ਇਹ ਰੱਖ ਹੋ ਜਾਣੀਆਂ। ਉਸ ਤੋਂ ਬਾਅਦ ਜਿਹੜੀ ਆਪਣੀ ਚੀਚੀ ਰਹਿ ਗਈ ਉਸਨੂੰ ਆਪਾਂ ਏ ਦੇ ਉੱਤੇ ਰੱਖਣਾ, ਇੱਧਰੋਂ ਆਪਾਂ ਸੈਮੀ ਕੋਲਨ ਦੇ ਉੱਤੇ ਰੱਖਣਾ। ਸੋ ਜਿਹੜੇ ਆਪਣੇ ਅੰਗੂਠੇ ਆ ਉਹ ਸਪੇਸ ਬਾਰ ਦੇ ਉੱਤੇ ਆ ਗਏ। ਸੋ ਇਸ ਤਰ੍ਹਾਂ ਜਿਹੜਾ ਆਪਾਂ ਹੱਥ ਜਿਹੜਾ ਆ ਕੀਬੋਰਡ ਦੇ ਉੱਤੇ ਰੱਖਣਾ ਹੁੰਦਾ ਹੈ, ਇਸ ਟੈਕਨੀਕ ਦੇ ਨਾਲ ਹੀ ਜਿਹੜਾ ਆਪਾਂ ਸਪੀਡ ਆਪਣੀ ਜਲਦੀ ਇਨਕਰੀਜ਼ ਕਰ ਸਕਦੇ ਹਾਂ। ਸੋ ਹੁਣ ਆਪਾਂ ਦੇਖਦੇ ਹਾਂ ਕਿ ਬਾਕੀ ਕੀਜ਼ ਨੂੰ ਕਿਸ ਤਰ੍ਹਾਂ ਪ੍ਰੈਸ ਕਰਨਾ। ਦੇਖੋ ਇਹ ਵਾਲੀ ਫਿੰਗਰ ਦੇ ਨਾਲ ਆਪਾਂ 6 ਕੀਜ਼ ਪ੍ਰੈਸ ਕਰਨੀ ਆ, ਟੀ ਜੀ ਬੀ ਐਂਡ ਆਰ ਐਫ ਵੀ, ਟੀ ਜੀ ਬੀ ਆਰ ਐਫ ਐਂਡ ਵੀ, ਇਹ 6 ਕੀਜ਼ ਆ ਜਿਹੜੀਆਂ ਇਸ ਫਿੰਗਰ ਦੇ ਨਾਲ ਤੁਸੀਂ ਪ੍ਰੈਸ ਕਰਨੀਆਂ ਹੁੰਦੀਆਂ ਆ ਇਸ ਤਰ੍ਹਾਂ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਨੈਕਸਟ ਇਧਰਲੀ ਵਾਲੀ ਫਿੰਗਰ ਆ ਇਹਨੂੰ ਵਾਈ, ਉਸ ਤੋਂ ਬਾਅਦ ਐਚ ਐਨ ਯੂ ਆਈ ਐਂਡ ਐਨ ਐਮ, ਸੋਰੀ, ਇਸ ਤਰ੍ਹਾਂ ਆਪਾਂ ਜਿਹੜਾ ਇਹਨੂੰ ਪ੍ਰੈਸ ਕਰਨਾ ਹੁੰਦਾ ਆ। ਸੋ ਇਹਦੀਆਂ ਵੀ ਇੱਧਰ 6 ਕੀਜ਼ ਹੁੰਦੀਆਂ, ਸੋ ਇਹਦੀਆਂ ਵੀ। ਸੋ ਆਪਣੀ ਨੈਕਸਟ ਫਿੰਗਰ ਇਹ ਵਾਲੀ ਆ ਗਈ, ਸੋ ਇਹਦੇ ਵਿੱਚ ਆਪਾਂ ਈ ਡੀ ਐਂਡ ਸੀ, ਇਸ ਦੀਆਂ 3 ਕੀਜ਼ ਹੀ ਨੇ ਜਿਹੜੀਆਂ ਪ੍ਰੈਸ ਕਰਨੀਆਂ ਹੁੰਦੀਆਂ ਆ। ਮਤਲਬ ਜਦੋਂ ਆਪਾਂ ਪ੍ਰੈਕਟਿਸ ਕਰਦੇ ਹਾਂ ਤਾਂ ਵਰਕ ਹੋਣ ਲੱਗ ਜਾਂਦਾ। ਫਿਰ ਉਸ ਤੋਂ ਬਾਅਦ ਨੈਕਸਟ ਫਿੰਗਰ ਜਿਹੜੀ ਹੈ ਐਸ ਦੇ ਉੱਤੇ ਸੀ, ਉਹਨੇ ਡਬਲਯੂ ਐਸ ਐਂਡ ਐਕਸ ਨੂੰ ਪ੍ਰੈਸ ਕਰਨਾ ਆ। ਸੋ ਇਸੇ ਤਰ੍ਹਾਂ ਜਿਹੜੀ ਆਪਣੀ ਚੀਚੀ ਆ ਉਹਨੇ ਕਿਊ ਏ ਜੈਡ ਐਂਡ ਕੈਪਸਲੋਕ ਟੈਬ ਸ਼ਿਫਟ ਬਟਨ, ਇਹਨੇ ਜਿਹੜੇ ਚੀਚੀ ਨੇ ਇਧਰਲੇ ਸਾਰੇ ਬਟਨ ਜਿਹੜੇ ਇਹਨਾਂ ਨੂੰ ਪ੍ਰੈਸ ਕਰਨ ਦਾ ਕੰਮ ਆਪਾਂ ਜਿਹੜਾ ਇਹਦੇ ਤੋਂ ਲੈਂਦੇ ਹਾਂ। ਨੈਕਸਟ ਹੁਣ ਆਪਾਂ ਇੱਧਰਲੇ ਹੈਂਡ ਦਾ ਦੇਖ ਲੈਂਦੇ ਹਾਂ, ਇੱਧਰਲੀ ਆਵਲੀ ਫਿੰਗਰ ਦਾ ਤਾਂ ਆਪਾਂ ਦੇਖ ਲਿਆ। ਉਸ ਤੋਂ ਬਾਅਦ ਨੈਕਸਟ ਫਿੰਗਰ ਜਿਹੜੀ ਆ ਆਈ ਕੇ ਐਂਡ ਕੌਮਾ, ਇਸ ਫਿੰਗਰ ਦੇ ਨਾਲ ਪ੍ਰੈਸ ਕਰਨਾ। ਉਸ ਤੋਂ ਬਾਅਦ ਓ ਐਲ ਐਂਡ ਡੋਟ, ਇਹ ਆਪਾਂ ਇਸ ਫਿੰਗਰ ਦੇ ਨਾਲ ਪ੍ਰੈਸ ਕਰਨਾ। ਚੀਚੀ ਦੇ ਨਾਲ ਆਪਾਂ ਪੀ ਸੈਮੀ ਕੋਲਨ ਐਂਡ ਸਲੈਸ਼ ਬੈਕ ਸਪੇਸ ਐਂਟਰ, ਇਹ ਸਾਰੇ ਜਿਹੜੇ ਬਟਨ ਆ ਆਪਾਂ ਇੱਧਰੋਂ ਪ੍ਰੈਸ ਕਰਨੇ ਆ। ਸੋ ਇਸ ਤਰ੍ਹਾਂ ਜਿਹੜਾ ਇਹਨੂੰ ਆਪਾਂ ਰੱਖ ਲੈਣਾ ਆ। ਉਸ ਤੋਂ ਬਾਅਦ ਇਹਨੂੰ ਜਿਹੜਾ ਇੱਧਰੋਂ ਦੇਖੋ ਮੈਂ ਟੈਪ ਪ੍ਰੈਸ ਕਰ ਰਹੀ ਹਾਂ, ਦੇਖੋ ਇੱਧਰੋਂ ਥੰਮ ਦੇ ਨਾਲ ਸਪੇਸ ਬਾਰ, ਇੱਧਰੋਂ ਐਂਟਰ, ਇਸ ਤਰ੍ਹਾਂ ਆਪਾਂ ਬੈਕ ਸਪੇਸ ਜਿਹੜੀ ਆ ਯੂਜ਼ ਕਰਨੀ। ਸੋ ਇਸੇ ਤਰ੍ਹਾਂ ਜਿਹੜੇ ਆਪਾਂ ਲੈਟਰ ਵਗੈਰਾ ਯੂਜ਼ ਕਰ ਸਕਦੇ ਹਾਂ, ਰੱਖਣੀ ਆਪਾਂ ਫਿੰਗਰਸ ਉੱਥੇ ਟਿਕਾ ਕੇ ਹੁੰਦੀਆਂ ਆ ਜਦੋਂ ਆਪਾਂ ਨੂੰ ਲੋੜ ਪੈਂਦੀ ਆ, ਉਸ ਟਾਈਮ ਆਪਾਂ ਚੁੱਕ ਕੇ ਜਿਹੜਾ ਆ ਉਹਦੇ ਸਾਹਮਣੇ ਜਾਂ ਉਹ ਤੋਂ ਉੱਪਰ ਜਾਂ ਨੀਚੇ, ਇਸ ਤਰ੍ਹਾਂ ਆਪਾਂ ਜਿਹੜਾ ਇਹਨੂੰ ਯੂਜ਼ ਕਰਨਾ ਹੁੰਦਾ ਆ। ਸੋ ਇਹ ਹੋ ਗਿਆ ਆਪਣਾ ਕੀਬੋਰਡ ਦਾ। ਸੋ ਹੁਣ ਆਪਾਂ ਦੇਖ ਲੈਂਦੇ ਹਾਂ ਕਿ ਇਸ ਸੋਫਟਵੇਅਰ ਨੂੰ ਯੂਜ਼ ਕਿੱਦਾਂ ਕਰਨਾ, ਇਸ ਦੇ ਸੋਫਟਵੇਅਰ ਦੇ ਵਿੱਚ ਆਪਾਂ ਇਸ ਟੈਕਨੀਕ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਆ। ਸੋ ਸਭ ਤੋਂ ਪਹਿਲਾਂ ਇਹਨੂੰ ਆਪਾਂ ਓਪਨ ਕੀਤਾ ਰਾਈਟ ਕਲਿੱਕ ਕਰਕੇ, ਅਤੇ ਇਹਦੇ ਵਿੱਚ ਨਾਮ ਲਿਖਿਆ ਮੈਂ, ਕੋਈ ਵੀ ਤੁਸੀਂ ਆਪਣਾ ਨਾਮ ਲਿਖ ਸਕਦੇ ਹੋ, ਕਿਰਨ ਲਿਖ ਕੇ ਮੈਂ ਜਿਹੜਾ ਐਂਟਰ ਕਰ ਦਿੱਤਾ ਆ। ਸੋ ਇਸ ਤੋਂ ਬਾਅਦ ਤੁਸੀਂ ਨੀਚੇ ਕਲਿੱਕ ਕਰਨਾ ਆ ਲਾਂਚ ਦੇ ਉੱਤੇ, ਦੇਖੋ ਇਹ ਸਾਰਾ ਕੁਝ ਸੈੱਟ ਹੋਇਆ ਹੋਇਆ ਆਲਰੇਡੀ, ਤੁਸੀਂ ਲਾਂਚ ਦੇ ਉੱਤੇ ਕਲਿੱਕ ਕਰ ਦੇਣਾ ਆ। ਇਹਦੇ ਲਈ ਬਸ ਤੁਹਾਡੇ ਕੋਲ ਸਾਰੇ ਲੈਸਨ ਬਣੇ ਹੋਏ ਆ, ਉਹਨਾਂ ਨੇ ਜਿਹੜੇ ਵੀ ਤੁਹਾਨੂੰ ਲੈਸਨ ਕਰਵਾਉਣੇ ਆ। ਸੋ ਆਪਾਂ ਜਿਹੜਾ ਆ ਇੱਥੇ
लॉन्च के उत्ते क्लिक कर दिता। देखो अपने को चूज कोर्स दे विचों आ गया। चूज कोर्स विचों तुसी कोई भी कोर्स जिहड़ा आ बेसिक फिलहाल लै लेना तुसी, क्योंकि आप हजे बेसिक दे विच सीखना आ। सो फस्ट आप जे मैं होम वाले के उत्ते क्लिक करता, होम वाले के जिहड़े इन्ने लैसन अपने को ओपन हो गए 1.7 तक। सो फस्ट उत्ते क्लिक किया, देखो ये आपां नूं इहदे विच टाइपिंग की टैक्नीक ही दस रहे हैं कि किस तरह आप जिहड़ियां अपनियां फिंगरस आ उन्हां नूं रखना आ। सो इस तरह तुसी इस नूं देख लेना आ। उस तों बाद मैं सैकेंड वाले के उत्ते क्लिक करदी आ। देखो इहदे विच ओह जिहड़ा आ कलर लगाए हुए आ, हरेक फिंगर के उत्ते हरेक की का कलर भी लगा हुआ आ। सो इस तरह जिहड़े आ कलर एंड की के उत्ते भी सेम कलर आई जाना। इस तरह आपां प्रेस करी जाना, देखो इस तरह मैं प्रेस कर रही हाँ, देखो आई जा रहा है। उस तो बाद देखो जे के एल, उस तो बाद सेमीकॉलन, इस तरह जिहड़ा स्पेस बार। सो इस तरह नैक्सट आप प्रेस करनी है हुण। इस तरह अपना जिहड़ा ये टेस्ट जो कंप्लीट हो जाता है दैन अपने को रिजल्ट आ जाता है कि किन्ने तुसी जिहड़ा एक्यूरेसी दे नाल जिहड़ा अपना रिजल्ट टेस्ट ये कर रहे हो। सो इनू जिहड़ा तुसी क्लोज कर देना है। ये विच तुसी चूज भी कर सकते हो किहड़ा तुसी किस तरह का टेस्ट जिहड़ा वो लेना चाहते हो। सो मैं इतों नैक्सट के उत्ते क्लिक किया, देखो इतों हुण मैं ए प्रेस करना दो बारी। देखो फिंगर मेरी चीची दे नाल प्रेस करना है ना, ए उहदे उत्ते क्योंकि कलर बनिया होया आ। सो मैं ए उस तों बाद स्पेस बार, फिर SS एंड स्पेस बार, फिर दैन DD स्पेस बार, FF स्पेस बार। सो इस तरह जिहड़े कलर भी बनी जा रहे आ। सो नाल ही मैं प्रेस करी जा रही हाँ। सो इस तरह नैक्सट AS स्पेस DF स्पेस AS स्पेस, उस तो बाद DF स्पेस JK स्पेस L सेमीकॉलन स्पेस JK स्पेस L सेमीकॉलन स्पेस, इसी तरह ASDF स्पेस ASDF। देखो इतने जो थोड़े कोई गलती हो जाती है, देखो जो इतने ए की पसंद मैं कोई स्पेस बार क्रैस कर देती है ना, दैन फिर यह जिहड़ा उत्ते क्रॉस का निशान पा देगा कि ए वाला बटन नहीं दबना सी, केड़ा बटन दबता सी मैं जे। सो इस करके इन्होंने जे के उत्ते जिहड़ा लाइन लगा दी रैड कलर की कि ए वाला बटन नहीं प्रेस करना। सो इस तरह जिहड़ा आप दोबारा इनू फिर प्रेस करांगे तो फिर यह सही हो जाएगा। सो इस तरह जिहड़ा मैंने दोबारा प्रेस किया, हम देखो मैं इतने JKL सेमीकॉलन स्पेस बार JKL सेमीकॉलन स्पेस, इस तरह जिहड़ा आप नैक्सट कर दिता। सो इसी तरह फिर ए स्पेस DD स्पेस, इस तरह देखो डी में डी की थान पर मेरे तो एस प्रेस होया। सो इस तरह जिहड़ा है आपां नूं पता लग जाएगा कि मिसटेक की आ। सो इतने डी प्रेस करनी सी, दोबारा डी प्रेस करके आप नैक्सट कर सकते हैं। सो देखो इतने एल प्रेस करनी सी, सो मैं इतने स्पेस बार प्रेस करती। इस तरह जिहड़ा है तुसी अपनी मिसटेक्स नूं भी जिहड़ा है फाइंड आउट कर सकते हैं। सो नाल ही जिहड़ा इधरले पासे टाइमिंग भी चल रही है, सो इस टाइमिंग नूं भी तुसी फॉलो कर सकते हो कि थोड़ी स्पीड किन्नी ज़्यादा फास्ट आ, तो लास्ट के रिजल्ट तो आपां नूं पता लग ही जाता है। इस तरह अपने को जो अगे दी अगे आपां लैसन करते जाते हैं तो थोड़े थोड़े लैसन जिहड़े आ टफ आउंदे रहिंदे आ। सो इस तरह जिहड़ा है अपना यह रिजल्ट, इतों आप व्यू रिजल्ट के उत्ते क्लिक करके इतों अपना रिजल्ट चैक कर सकते हैं। सो इसी तरह जिहड़े बाकी लैसनस भी आ तुसी कर सकते हो। सो अगर तुसी 7 दिनों के विच 1 घंटा भी अपने आप नूं इस टाइपिंग के उत्ते लगाउंदे आ तां डेफिनेटली थोड़ी जिहड़ी स्पीड आ बहुत ही ज़्यादा इनक्रीज़ हो जाएगी। सो मिलते हैं अगली वीडियो के विच। सो चैनल नूं सबसक्राइब एंड शेयर जरूर करना, बैल बटन के आइकन पर जरूर क्लिक करना। थैंक यू।